किसान वीरो सत श्री अकाल। झोने की फसल वढ़ के आपां की करते हैं, आपां कटर फेरते हैं उहदे विच ते उहनूं अग लाउण की तैयारी करते हैं ज़्यादातर, या फिर अजकल लोग गठ्ठा बना लेंदे आ या कोई पराली कुतर के लै जांदा, आपां उहनां नूं उड़ीकदे हैं। उहनां नूं कहने हैं अपने पिंड दे विच दो चार या तां पिंड दीआं होंदीआं आ बाहर दीआं मशीनां आईआं होईआं होंदीआं, आपां उहनां दीआं मिन्नतां करदे हैं बई लै जाओ साडा वाहन छेती खाली कर दो। उहदा रिजल्ट की हुंदा है वी जदों आपां गठ्ठा चुका दिंदे आ, उहदी पराली चुका दिंदे आ, 35-40 क्वांटल समान अपने वाहन दे विच्चों आपां बाहर कढ दिंदे आ, अपना वो वाहन दे विच्चों किन्ने न्यूट्रीशन ले होणगे उस पराली ने या वो पराली बनने दे विच किन्ना क न्यूट्रीशन लग्या होऊगा, जा 35-40 क्वांटल समान जिहड़ा बनिया ते आपां इक तां वो न्यूट्रीशन सारे बाहर कढ दिंदे आ ते दूजे नंबर ते जिहड़ा कार्बन हुंदा अपने वाहन दे विच ਉਹ ਨਹੀਂ ਰਹਿੰਦਾ ਗਾ, ਉਹ ਵੀ ਕਾਰਬਨ ਤਾਂ ਕਿਸੇ ਭਾਈ ਨਹੀਂ ਆਪਾਂ ਨੂੰ ਮਿਲਦਾ। ਨਿਊਟ੍ਰੀਸ਼ਨ ਤਾਂ ਚਲੋ ਤੁਸੀਂ DAP ਯੂਰੀਆ ਪਾ ਸਕਦੇ ਹੋ ਲਿਆ ਕੇ, ਫਿਰ ਵੀ ਪੂਰੇ ਨਹੀਂ ਕਰ ਸਕਦੇ। ਅਤੇ ਜਾਂ ਫਿਰ ਆਪਾਂ ਕੀ ਕਰਦੇ ਹਾਂ, ਅੱਗ ਲਾਉਣ ਦੀ ਸੋਚਦੇ ਹਾਂ, ਹੈ ਨਾ। ਤਾਂ ਇਹਦੇ ਬਾਰੇ ਗੱਲ ਕਰਦੇ ਹਾਂ ਵੀ ਇਹਦੇ ਵਾਸਤੇ ਆਪਾਂ ਕਿਵੇਂ ਬਿਜਾਈ ਵੀ ਕਰ ਸਕਦੇ ਹਾਂ, ਇਹਨੂੰ ਬਾਹਰ ਕੱਢੇ ਬਿਨਾਂ ਇਹ ਆਪਣੇ ਵਾਹਣ ਦੇ ਵਿੱਚ ਵੀ ਰਹਿ ਜੂ, ਕੋਈ ਨੁਕਸਾਨ ਵੀ ਨਹੀਂ ਹੁੰਦਾ, ਕੋਈ ਆਪਣਾ ਜ਼ਿਆਦਾ ਖਰਚਾ ਵੀ ਨਹੀਂ ਹੁੰਦਾ। ਤਾਂ ਇਹ ਜਿਹੜਾ ਤੁਸੀਂ ਚੱਲਦਾ ਦੇਖ ਰਹੇ ਹੋ ਹੈਪੀ ਸਿਡਰ, ਇਹਦੇ ਬਾਰੇ ਅੱਜ ਗੱਲ ਕਰਾਂਗੇ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਪੂਰੀ ਦੇਖਿਓ। ਅਤੇ ਇਹ ਆਪਣਾ ਗੁਆਂਢੀ ਕਿਸਾਨ ਹੈਗਾ, ਇਹਨੇ ਵੀ ਝੋਨਾ ਵਢਾਇਆ। ਝੋਨਾ ਚਲੋ ਪਹਿਲੀ ਵਾਰੀ ਲੱਗਿਆ ਸੀ ਵਾਹਣ 'ਚ ਮਾੜਾ ਸੀਗਾ, 96 ਸੀ, ਵੈਸੇ ਵੀ ਇਹਦੀ ਪਰਾਲੀ ਘੱਟ ਹੁੰਦੀ ਹੈ, ਪਰ ਇਹਨਾਂ ਨੇ ਅੱਗ ਨਹੀਂ ਲਾਈ ਗਈ। अपने पिंड दी सोसाइटी दे विच हैप्पी सीडर हैगा, एक आ जिहड़ी मशीन तुहानूं हरे रंग दी दिख रही है ट्रैक्टर, मगर ये हैप्पी सीडर बोलदे आ इहनूं। सुपर सीडर अलग चीज़ हुंदी है, हैप्पी सीडर अलग चीज़ हुंदी है। ये की करदा है, इहदे पिछे जीरो ड्रिल वाले हल लगे हुए है, मन के चलो भी किन्ने भी कचरे च बिजाई कर सकदा इह। ते हलां दे जिहड़ा मूहरे है वो ਘੁੰਮਦਾ ਵੀ, ਮੰਨ ਲਓ ਜਿਵੇਂ ਆਪਣੇ ਰੋਟਾਵੇਟਰ 'ਚ ਜਾਂ ਸੁਪਰ ਸੀਡਰ 'ਚ ਘੁੰਮਦਾ ਹੁੰਦਾ, ਇਹਦੇ ਛੁਰੀਆਂ ਨਹੀਂ ਲੱਗੀਆਂ ਹੁੰਦੀਆਂ, ਇਹ ਜ਼ਮੀਨ ਦੇ ਵਿੱਚ ਨਹੀਂ ਉੱਪਰ ਉੱਪਰ ਹੀ ਚੱਲਦਾ, ਵਿੱਚ ਤਾਂ ਸਿਰਫ ਆਪਣੇ ਹਲ ਹੀ ਚੱਲਦੇ ਆ। ਅਤੇ ਹਲਾਂ ਦੇ ਅੱਗੋਂ ਇਹ ਪਰਾਲੀ ਕੇਰਾਂ ਕੇਰਾਂ ਪਾਸੇ ਕਰ ਦਿੰਦਾ, ਅਤੇ ਬਾਅਦ 'ਚ ਜਦੋਂ ਹਲ ਥੱਲੇ ਲੱਗ ਜਾਂਦਾ ਅਤੇ ਪਰਾਲੀ ਉੱਥੇ ਹੀ ਰਹਿ ਜਾਂਦੀ ਹੈ। ਮੰਨ ਲਓ ਪਰਾਲੀ ਦੀ ਆਪਣੀ ਮਲਚਿੰਗ ਵੀ ਹੋ ਜਾਂਦੀ ਹੈ ਅਤੇ ਇਹਦੇ ਵਿੱਚ ਬਿਜਾਈ ਵੀ ਹੋ ਜਾਂਦੀ ਹੈ। ਦੋ ਟਾਪੇ ਦਿੱਤੇ ਹੁੰਦੇ ਆ ਆਪਾਂ, DAP ਅਲੱਗ ਡਰਿੱਲ ਕਰ ਸਕਦੇ ਹਾਂ ਅਤੇ ਕਣਕ ਅਲੱਗ ਡਰਿੱਲ ਕਰ ਸਕਦੇ ਹਾਂ। ਅਤੇ ਇਹ ਕਿਸਾਨ ਵੀਰ ਬੀਜ ਰਹੇ ਹੈ, ਕਣਕ 20-22 ਕਿਲੋ ਬੀ ਪਾਈ ਜਾਂਦੇ ਆ ਕਣਕ ਦਾ, ਅਤੇ DAP ਵੀ ਨਾਲ ਡਰਿੱਲ ਕਰ ਰਹੇ ਹੈ, ਅਤੇ ਨਾਲੇ ਇਹਨਾਂ ਨੇ ਕੋਈ ਅੱਗ ਨਹੀਂ ਲਾਈ, ਕੋਈ ਪਰਾਲੀ ਨਹੀਂ ਚੁਕਾਈ, ਫਿਰ ਵੀ ਇਹਨਾਂ ਦੀ ਕਣਕ ਵੀ ਵਧੀਆ ਹੋਊਗੀ। ਆਪਣੇ ਗੁਆਂਢ 'ਚ ਹੀ ਹੈ, ਸਾਰੀ ਅਪਡੇਟ ਅੱਗੇ ਵੀ ਆਪਾਂ ਦਿੰਦੇ ਰਹਾਂਗੇ ਇਸ ਚੀਜ਼ ਦੀ। ਅਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਕੀ ਹੈ, ਆਪਣਾ ਪਹਿਲਾਂ ਤਾਂ ਆਪਣਾ ਮਾਇੰਡ ਸੈੱਟ ਜਿਹੜਾ ਹੈ ਉਹ ਵਧੀਆ ਹੋਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਆਪਣਾ ਮਾਇੰਡ ਸੈੱਟ ਸਹੀ ਹੋਊਗਾ, ਆਪਾਂ ਇਸ ਬਾਰੇ ਸੋਚਾਂਗੇ ਵੀ ਆਪਣੇ ਵਾਹਣ ਦੀ ਆਪਾਂ ਤਾਕਤ ਬਾਹਰ ਨਹੀਂ ਜਾਣ ਦੇਣੀ ਜਾਂ ਵਾਹਣ 'ਚ ਅੱਗ ਲਾ ਕੇ ਆਪਾਂ ਵਾਹਣ ਖਰਾਬ ਨਹੀਂ ਕਰਨਾ, ਪਹਿਲੀ ਸਾਰਿਆਂ ਤੋਂ ਗੱਲ ਇਹ ਜ਼ਰੂਰੀ ਹੈ। ਦੂਜੀ, ਜੇ ਤੁਸੀਂ ਸਾਡੇ ਪਿੰਡਾਂ ਦੇ ਨੇੜਦੇ ਹੈਗੇ ਹੋ ਕਿਤੇ, ਤਾਂ ਸਾਡੇ ਪਿੰਡ ਵਸੀਰ ਦੇ ਵਿੱਚ ਸੁਸਾਇਟੀ ਦੇ ਵਿੱਚ ਹੈਗਾ ਹੈਪੀ ਸੀਡਰ, ਇਹ ਮਿਲ ਜਾਂਦਾ, ਸੁਸਾਇਟੀ ਵਾਲੇ ਉਹ ਕੁਛ ਕਿਰਾਇਆ ਲੈਂਦੇ ਹੈ ਅਤੇ ਦੇ ਦਿੰਦੇ ਹੈ। ਤਾਂ ਇਹਨੂੰ ਖਿੱਚਣ ਵਾਸਤੇ ਕੋਈ ਵੱਡਾ ਟਰੈਕਟਰ ਵੀ ਨਹੀਂ ਚਾਹੀਦਾ, ਆਹ ਸਵਰਾਜ 834 ਲਗਭਗ 35 ਹੋਸ ਪਾਵਰ ਟਰੈਕਟਰ ਹੈ, ਅਤੇ ਆਰਾਮ ਬੜੇ ਆਰਾਮ ਨਾਲ ਇਹਨੂੰ ਖਿੱਚੀ ਜਾਂਦਾ ਅਤੇ ਵਧੀਆ ਬਿਜਾਈ ਹੋ ਰਹੀ ਹੈ। ਤਾਂ ਆਪਾਂ ਜੇ ਇਹਨਾਂ ਤਰੀਕਿਆਂ ਬਣੀ ਜਾਵਾਂਗੇ ਤਾਂ ਆਪਣੇ ਵਾਹਣ ਹੋਰ ਤਕੜੇ ਕਰ ਸਕਦੇ ਹਾਂ ਆਪਾਂ, ਕਿਉਂਕਿ ਦਿਨੋਂ ਦਿਨ ਕਮਜ਼ੋਰ ਹੀ ਹੋਈ ਜਾਂਦਾ ਵਾਹਣ, ਵਾਹਣ ਦੇ ਵਿੱਚ ਆਪਾਂ ਪਾਉਂਦੇ ਕੁਛ ਨਹੀਂ, ਕੱਢਦੇ ਬਹੁਤ ਕੁਛ ਹੈ। ਹੁਣ ਇੱਥੇ ਜਿਹੜੀ ਕਣਕ ਹੋਊਗੀ ਇਹਨੂੰ ਉੱਗਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਵਧੀਆ ਉੱਗੂਗੀ, ਇਹਦੀ ਗਰੋਥ ਵੀ ਵਧੀਆ ਹੋਊਗੀ, ਕਿਉਂਕਿ ਜਿਹੜੀ ਉੱਪਰ ਮਲਚਿੰਗ ਰਹਿ ਜੂਗੀ ਪਰਾਲੀ ਦੀ ਉਹਦਾ ਫਾਇਦਾ ਹੀ ਹੋਊਗਾ, ਉਹ ਗਿੱਲ ਨੂੰ ਜ਼ਿਆਦਾ ਟਾਈਮ ਤਾਂ ਹੀ ਰੱਖੂਗੀ, ਕਣਕ ਪਾਣੀ ਨਹੀਂ ਛੇਤੀ ਮੰਗਦੀ ਗੀ, ਜਾਂ ਫਿਰ ਕਣਕ ਨੂੰ ਲਾਸਟ ਦੇ ਵਿੱਚ ਜਿਹੜੀ ਗਰਮੀ ਪੈਂਦੀ ਹੁੰਦੀ ਹੈ ਉਹ ਗਰਮੀ ਵੀ ਨਹੀਂ ਮਾਰਦੀ ਗੀ, ਕਿਉਂਕਿ ਉਦੋਂ ਥੱਲੇ ਨਵੀਂ ਬਣਾ ਕੇ ਰੱਖੂਗੀ ਇਹ ਪਰਾਲੀ, ਅਤੇ ਜਿਵੇਂ ਜਿਵੇਂ ਪਾਣੀ ਲੱਗਣਗੇ ਪਰਾਲੀ ਗਲੂਗੀ ਅਤੇ ਪਰਾਲੀ ਦਾ ਹਿਊਮਸ ਬਣੂਗਾ ਥੱਲੇ, ਅਤੇ ਆਪਣੇ ਜ਼ਮੀਨ ਦੇ ਵਿੱਚ ਬੈਕਟੀਰੀਆ ਹੈਗੇ ਆ ਜਾਂ ਫਿਰ ਹੋਰ ਜਿਹੜੇ ਜ਼ਮੀਨ ਨੂੰ ਪੋਲਾ ਕਰਦੇ ਆ ਉਹ ਜੀ ਜ਼ਿਆਦਾ ਤੋਂ ਜ਼ਿਆਦਾ ਆਉਣਗੇ, ਕੈਂਚੂਏ ਜੇ ਹੈਗੇ ਆ ਤਾਂ ਉਹ ਵੀ ਆਪਣੇ ਉਵੇਂ ਦੀ ਉਵੇਂ ਹੀ ਰਹਿਣਗੇ ਵਾਹਣ ਦੇ ਵਿੱਚ। ਤਾਂ ਇਹਨਾਂ ਨੇ ਵੈਸੇ ਤਾਂ ਗਿੱਲੇ ਪੱਤਰ 'ਤੇ ਬੀਜੀ ਦੀ ਹੈ ਹੈਪੀ ਸੀਡਰ ਨਾਲ, ਜਿੰਨਾ ਜ਼ਿਆਦਾ ਗਿੱਲਾ ਪੱਤਰ ਹੋਊਗਾ ਉਨਾ ਹੀ ਵਧੀਆ ਰਹਿੰਦਾ,
पर इन्हां दा वाण थोड़ा सुक्या होया तां इह पहलां बिजाई करके ते उपरों पाणी लाउणगे फिर भी कोई प्रॉब्लम नहीं, कणक उन्नी ही वधिया उगूगी। उपरों पाणी ला के जे आपां कहना पाणी ला दईए नॉर्मल वाण च तां वाण पक्का पै जांदा, इत्थे पराली उपर पई होऊगी तां वाण कोई पक्का पैण वाली भी एडी गल है नहीं गी, ते इस चीज़ का कोई फर्क नहीं पैना भी उपरों पाणी ला के आपां कणक उगाई है। तो यही सीगा थोनू अज हैप्पी सीडर वाली कणक दिखाउणी सीगी, तां ठीक है जी, धन्यवाद।